ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਗੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਅਨੁਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਆ। ਮੈਂ ਰਾਜਕਨਬੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਪਰਿ ਸਤਿ ਸ਼੍ਰੀ ਅਕਾਲ ਸਰੋਤੇਓ ਅੱਜ ਫਰਵਰੀ ਦੀ 25 ਤਰੀਕ ਆ ਦਿਨ ਸ਼ੁੱਕਰਵਾਰ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408272250 408272250 ਅਮਰਜੀਤ ਸਿੰਘ ਫਰਜਨੋ ਗੁਰਵਚਨ ਸਿੰਘ ਨਾਗਰਾ ਸੈਕਰਾਮੈਂਟੋ ਅਵਤਾਰ ਸਿੰਘ ਮੰਜਲ ਕਲੋਵਿਸ ਪ੍ਰਤਪਾਲ ਸਿੰਘ ਐਟਵਾਲ ਐਲ ਗਰੋਵ ਗੁਰਿੰਦਰ ਸਿੰਘ ਆਇਓਵਾ ਜਰਨੈਲ ਸਿੰਘ ਸੈਕਰਾਮੈਂਟੋ ਕਮਲਜੀਤ ਸਿੰਘ ਮੱਖਣਬਾਲਤਪੁਰੀਆ ਸਟਾਕਟਨ ਟਰਕੀਨਾ ਇਮੀਗ੍ਰੇਸ਼ਨ ਲਾਫਰ ਮੀ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਖਮ ਕਾਲ ਅਟਰਨੀ ਜੇਟੇਕਾਣਾ 415 909 0503 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਯੂਕਰੇਨ ਨੂੰ ਲੈ ਕੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲਿੰਸਕੀ ਉਹਨਾਂ ਨੇ ਕੁਝ ਘੰਟੇ ਪਹਿਲਾਂ ਅਨਾਉਂਸ ਕੀਤਾ ਹੈ ਕਿ ਹੋ ਸਕਦਾ ਕੁਝ ਘੰਟਿਆਂ ਦੇ ਵਿੱਚ ਰਸ਼ੀਆ ਵਾਲੇ ਯੂਕਰੇਨ ਦੀ ਕੈਪੀਟਲ ਦੇ ਉੱਤੇ ਵੀ ਆਉਣ ਜਾਣ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਣ ਸੋ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਉਹਨਾਂ ਨੇ ਕੋਈ ਖਾਸ ਸਾਥ ਨਹੀਂ ਦਿੱਤਾ ਯੂਕਰੇਨ ਦਾ 27 ਦੇ ਕਰੀਬ ਨਾਟੋ ਦੇ ਮੁਲਕ ਹੈਗੇ ਆ ਜਿਨ੍ਹਾਂ ਨੇ ਓਪਨਲੀ ਕੋਈ ਸਪੋਰਟ ਨਹੀਂ ਕੀਤੀ ਹੈਗੀ ਜਿਹੜੀਆਂ ਵੈਸਟਰਨ ਮੁਲਕ ਹੈਗੇ ਆ ਉਹਨਾਂ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਰਸ਼ੀਆ ਦੇ ਉੱਤੇ ਤਾਂ ਜਰੂਰ ਲਾਈਆਂ ਹੈਗੀਆਂ ਪਰ ਹੁਣ ਉਹ ਦੇਖੋ ਪਾਬੰਦੀਆਂ ਦਾ ਕਿੰਨਾ ਅਸਰ ਹੁੰਦਾ ਪਰ ਰਸ਼ੀਆ ਵਾਲੇ ਬਿਨਾ ਕਿਸੇ ਟਿਕਟੋਕ ਦੇ ਸਿੱਧਾ ਹੀ ਕਬਜ਼ਾ ਕਰਨ ਜਾ ਰਹੇ ਹੈਗੇ ਆ ਬਹੁਤ ਸਾਰੀਆਂ ਹੁਣ ਪਿਕਚਰਸ ਟੈਂਕਸ ਦੀਆਂ ਹੋਰ ਆ ਰਹੀਆਂ ਵੀ ਕਿਸ ਤਰ੍ਹਾਂ ਉਹ ਆਮ ਲੋਕ ਵੀ ਜਿਹੜੇ ਵਿਚਾਰੇ ਕਾਰ ਚ ਜਾਂਦੇ ਉਹਨਾਂ ਦੇ ਉੱਤੇ ਟੈਂਕ ਚੜਾਈ ਜਾਂਦੇ ਆ ਮਾਰੀ ਜਾਂਦੇ ਆ ਸੋ ਬਹੁਤ ਜਿਆਦਾ ਜ਼ੁਲਮ ਜੋਰਜੀਆ ਦੇ ਵਿੱਚ ਇਸ ਵੇਲੇ ਜਿਹੜੇ ਕਾਮਰੇਡ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਹਾਂ ਯੂਕਰੇਨ ਦੇ ਵਿੱਚ ਜਿਹੜਾ ਇਸ ਟਾਈਮ ਪੂਰਾ ਇਹਨਾਂ ਨੇ ਜੋਰ ਜਿਹੜਾ ਹੋ ਲਾਇਆ ਹੋਇਆ ਆ ਸੋ ਬਹੁਤ ਕਹਿੰਦੇ ਵੀ ਹੈਵੀ ਫਾਈਟਿੰਗ ਤੇ ਵੱਡੇ ਵੱਡੇ ਧਮਾਕੇ ਯੂਕਰੇਨ ਦੀ ਰਾਜਧਾਨੀ ਕੀਵ ਜਿਹੜੇ ਆ ਉਸ ਤੋਂ ਸੁਣਨ ਨੂੰ ਜਿਹੜੇ ਉਹ ਮਿਲ ਰਹੇ ਆ ਯੂਕਰੇਨ ਦੇ ਡਿਫੈਂਸ ਮਿਨਿਸਟਰੀ ਨੇ ਕਿਹਾ ਵੀ ਜਿਹੜੇ ਰੂਸੀ ਲੋਕ ਨੇ ਉਹ ਆਪਣੇ ਆਪ ਨੂੰ ਯੂਕਰੇਨ ਦੇ ਮੈਂਬਰਡ ਆਰਮਡ ਮੈਂਬਰ ਫੋਰਸਿਸ ਦੇ ਵੱਜੋਂ ਲਗਾ ਕੇ ਜਿਹੜੇ ਉਹ ਅੱਗੇ ਜਿਹੜੇ ਉਹ ਵੱਧ ਸਕਦੇ ਨੇ ਸੋ ਯੂਕਰੇਨ ਨੇ ਰੈਜ਼ਿਸਟੈਂਸ ਤੱਕ ਇਹ ਵੀ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ ਇਹ ਦੱਸ ਜਾਈਏ ਯੂਕਰੇਨ ਅਜੇ ਨਾਟੋ ਦਾ ਮੁਲਕ ਨਹੀਂ ਹੈਗਾ ਰੂਸ ਕਦੀ ਵੀ ਇਸ ਚੀਜ਼ ਦੇ ਲਈ ਉਹ ਨਹੀਂ ਮੰਨੂਗਾ ਵੀ ਆ ਰੂਸ ਦਾ ਹੀ ਟੁਕੜਾ ਪ੍ਰਾਣੇ ਰੂਸ ਦਾ ਜਿਹੜਾ ਟੁਕੜਾ ਹੈ ਉਹ ਨਾਟੋ ਦਾ ਮੁਲਕ ਜਿਹੜਾ ਉਹ ਬਣੇ ਜਿਹੜੇ ਵੈਸਟਰਨ ਮੁਲਕਾਂ ਨਾਟੋ ਦੇ ਮੁਲਕਾਂ ਉਸ ਨੂੰ ਹੱਲਾਸ਼ੇਰੀ ਜਿਹੜੀ ਯੂਕਰੇਨ ਨੂੰ ਪੂਰੀ ਜਿਹੜੀ ਉਹ ਤਈ ਜਾ ਰਹੀ ਹੈ ਸੈਂਕਸ਼ਨਸ ਵਗੈਰਾ ਲਾ ਰਹੇ ਆ ਪਰ ਸਿੱਧੇ ਤੌਰ ਦੇ ਉੱਤੇ ਮਿਲਟਰੀ ਐਕਸ਼ਨ ਲੈਂਡ ਤੋਂ ਉਹ ਬਰੇਜ਼ ਕਰ ਰਹੇ ਆ ਗੱਲ ਇਹ ਆ ਹਰਜੋਤ ਸਿੰਘ ਜੀ ਹੁਣ ਰੂਸ ਠਹਿਰਿਆ ਰੂਸ ਰੂਸ ਕੋਈ ਅਫਗਾਨਿਸਤਾਨ ਨਹੀਂ ਸਰੀਆ ਨਹੀਂ ਲਿਬਿਆ ਨਹੀਂ ਤੇ ਨਾ ਹੀ ਉਹ ਕੋਈ ਤਾਲੀਬਾਨਾ ਸੋ ਰੂਸ ਦੀ ਜਿਹੜੀ ਆਰਮੀ ਆ ਵਰਲਡ ਦੀ ਟਾਪ ਆਰਮੀਜ਼ ਦੇ ਵਿੱਚੋਂ ਇੱਕ ਆ ਜਿਹੜੇ ਉਹਨਾਂ ਦੇ ਹਥਿਆਰ ਆ ਉਹ ਬਹੁਤ ਤਗੜੇ ਆ ਸੋ ਇਹਦੇ ਕਰਕੇ ਕੋਈ ਸਿੱਧਾ ਪੰਗਾ ਵੀ ਜਿਹੜਾ ਉਹ ਨਹੀਂ ਲੈਣਾ ਚਾਹੁੰਦਾ ਜੇ ਕੋਈ ਨਾਟੋ ਦਾ ਮੁਲਕ ਜਾਂ ਵੈਸਟਰਨ ਮੁਲਕ ਰੂਸ ਨਾਲ ਸਿੱਧਾ ਪੰਗਾ ਲੈਂਦਾ ਆ ਤਾਂ ਫਿਰ ਆਪਾਂ ਇਹ ਸਮਝ ਸਕਦੇ ਆ ਵੀ ਵਰਲਡ ਵਾਰ ਦੀ ਸਥਿਤੀ ਹੀ ਜਿਹੜੀ ਫਿਰ ਉਹ ਬਣਨੀ ਹੈਗੀ ਆ ਸੋ ਇਹ ਸਾਰੇ ਜਣੇ ਆਪਣੇ ਆਪ ਨੂੰ ਹਾਲ ਦੀ ਘੜੀ ਇਸ ਸਾਰੇ ਚੀਜ਼ ਤੋਂ ਪਿੱਛੇ ਜਿਹੜਾ ਉਹ ਰੱਖ ਰਹੇ ਆ ਤੇ ਯੂਕਰੇਨ ਨੂੰ ਹੱਲਾਸ਼ੇਰੀ ਜਿਹੜੀ ਉਹ ਜ਼ਰੂਰ ਦੇ ਰਿਹਾ ਜ਼ੇਲੈਂਸਕੀ ਖੁਦ ਕਹਿੰਦੇ ਆ ਵੀ ਉਹ ਡਟਿਆ ਹੋਇਆ ਆ ਕਹਿੰਦੇ ਵੀ ਜਿੰਨੇ ਵੀ ਆ ਕੇ ਯੂਕਰੇਨ ਦੇ ਲਈ ਲੜਨਾ ਆ ਕੇ ਲੜੋ ਹਥਿਆਰ ਜਿਹੜੇ ਉਹ ਤੁਹਾਨੂੰ ਅਸੀਂ ਮੁਹੱਈਆ ਕਰਵਾਵਾਂਗੇ ਸੋ ਇਹ ਹੁਣ ਦੇਖੋ ਅੱਗੇ ਜਿਹੜਾ ਕੀ ਬਣਦਾ ਆ ਪਰ ਕਿਹਾ ਇਹ ਜਾ ਰਿਹਾ ਵੀ ਪਹਿਲੇ ਦਿਨ ਤਾਂ ਤੇਜ਼ੀ ਦੇ ਨਾਲ ਰੂਸ ਅੱਗੇ ਵਧਿਆ ਦੂਜੇ ਦਿਨ ਉਹਨਾਂ ਨੇ ਥੋੜੀ ਜਿਹੀ ਕਹਿ ਲਓ ਵੀ ਠੰਡ ਰੱਖੀ ਤੇ ਅੱਜ ਹੀ ਲੱਗਦਾ ਆ ਕਿੰਨੇ ਵੀ ਕੈਪੀਟਲ ਦੇ ਵਿੱਚ ਅੰਦਰ ਜਾ ਕੇ ਜਿਹੜਾ ਆ ਉਸ ਦੇ ਉੱਤੇ ਕਬਜ਼ਾ ਜਿਹੜਾ ਇਹ ਕਰ ਸਕਦੇ ਨੇ ਚਰਨੋਬਲ ਨਿਊਕਲੀਅਰ ਪਲੈਂਟ ਜਿਹੜਾ 1986 ਦੇ ਵਿੱਚ ਹਾਦਸਾ ਗ੍ਰਸਤ ਹੋਇਆ ਸੀਗਾ ਉੱਥੇ ਉਸ ਦੇ ਉੱਤੇ ਕਹਿੰਦੇ ਆਲਰੇਡੀ ਰੂਸ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਹੈਗਾ ਆ ਗਨਫਾਇਰ ਬੁਰੀ ਤਰ੍ਹਾਂ ਤੁਸੀਂ ਸੁਣ ਸੁਣ ਸਕਦੇ ਹੋ ਕਹਿੰਦੇ ਜਿਹੜਾ ਸੈਂਟਰਲ ਕਾਈ ਸ਼ਹਿਰ ਹੈਗਾ ਫਾਈਟਿੰਗ ਬਹੁਤ ਹੈਵੀ ਹੋ ਰਹੀ ਹੈਗੀ ਆ ਨਾਰthern ਸਵਰਬਸ ਦੇ ਵਿੱਚ ਰਸ਼ੀਅਨ ਫੋਰਸੇਜ਼ ਯੂਕਰੇਨ ਦੀ ਕੈਪੀਟਲ ਦੇ ਬਿਲਕੁਲ ਲਾਗੇ ਪਹੁੰਚ ਚੁੱਕੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਪੁਟਰਨ ਨੇ ਇਹ ਕਿਹਾ ਹੈ ਕਿ ਯੂਕਰੇਨੀਅਨ ਆਰਮੀ ਦੇ ਜਿਹੜੇ ਲੋਕ ਆ ਵੀ ਤੁਸੀਂ ਆਪਣੀ ਸਰਕਾਰ ਨੂੰ ਓਵਰਥਰੋ ਕਰ ਦਿਓ ਤੇ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਨੇ ਅਤਵਾਦੀ ਤੇ ਗੈਂਗ ਆਫ ਡਰੱਗ ਐਡਿਕਟਸ ਤੇ ਨਿਊ ਲਾਰਜੀਜ਼ ਕਿਹਾ ਹੈਗਾ ਆ ਰਸ਼ੀਆ ਇਜ਼ ਰੈਡੀ ਟੂ ਸੈਂਡ ਡੈਲੀਗੇਸ਼ਨ ਵੈਲਰੂਸ਼ੀਅਨ ਕੈਪੀਟਲ ਮਿੰਸਕ ਜਿਹੜੀ ਵੈਲਰੂਸ ਦੀ ਹੈਗੀ ਆ ਯੂਕਰੇਨ ਨਾਲ ਗੱਲਬਾਤ ਕਰਨ ਦੇ ਲਈ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੀ ਲਵਰੋਵ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਪਲਾਨ ਕਰ ਰਹੇ ਕਿ ਯੂਕਰੇਨ ਨੂੰ ਅਕੂਪਾਈ ਕਰਾਂਗੇ ਸੋ ਆਪਣੇ ਚਮਚੇ ਇੱਕ ਤਰ੍ਹਾਂ ਨਾਲ ਕੰਟਰੋਲ ਚ ਕਰਕੇ ਉੱਥੇ ਪਠਾਣੇ ਚਾਹਦੇ ਹੈਗੇ ਆ ਯੂਰਪੀਅਨ ਯੂਨੀਅਨ ਨੇ ਬਹੁਤ ਸਾਰੇ ਐਸੈਟਸ ਪੂਟਨ ਤੇ ਲੈਬਰੋ ਜਿਹੜਾ ਉਹਨਾਂ ਦਾ ਮਿਨਿਸਟਰ ਫੋਰਮ ਮਿਨਿਸਟਰ ਆ ਉਹਨਾਂ ਦੇ ਉੱਤੇ ਉਹਨਾਂ ਦੇ ਐਸਐਲ ਫ੍ਰੀਜ਼ ਕਰ ਦਿੱਤੇ ਆ ਤੀਜੇ ਰਾਉਂਡ ਦੇ ਵਿੱਚ ਰਸ਼ੀਅਨ ਟ੍ਰੂਪਸ ਨੇ ਹਾਸਟਮੈਲ 에ਅਰਫੀਲਡ ਜਿਹੜਾ ਕਾਈਵ ਦੇ ਲਾਗੇ ਆ ਉਹਦੇ ਉੱਤੇ ਕਬਜ਼ਾ ਕਰ ਲਿਆ ਹੈਗਾ ਡਿਫੈਂਸ ਮਿਨਿਸਟਰ ਨੇ ਸਾਰੇ ਹੀ ਸਿਟੀਜ਼ਨਸ ਨੂੰ ਜਿਹੜੇ ਵੀ ਕੋਈ ਰਸ਼ੀਅਨ ਫੋਰਸਸ ਨੂੰ ਅੰਟਰ ਕਾਨ ਤੋਂ ਰੋਕ ਰਹੇ ਆ ਉਹਨਾਂ ਨੂੰ ਅਰੈਸਟ ਕਰਨ ਲਈ ਕਿਹਾ ਹੈਗਾ ਗਾਰਡਸ ਨੇ ਜਿਹੜੀ ਆ ਵਾਰਨਿੰਗ ਦਿੱਤੀ ਆ ਫਾਇਰ ਕਰਕੇ ਸੋ ਐਕਸਪਲੋਜਨਸ ਕਹਿੰਦੇ ਵੀ ਤੁਸੀਂ ਕਾਈ ਜਿਹੜੀ ਆ ਉਹ ਸ਼ਹਿਰ ਉੱਥੇ ਆਮ ਦੇਖ ਸਕਦੇ ਹੈਗੇ ਆ ਇਸੇ ਤਰ੍ਹਾਂ ਰਸ਼ੀਆ ਵਾਲਿਆਂ ਨੇ ਇੱਕ ਹੋਰ ਸਿਟੀ ਆਫ ਸਨੀ ਇਨ ਨਾਰਥ-ਈਸਟਰਨ ਯੂਕਰੇਨ ਉਹ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈਗੀ ਆ ਜੀ ਅੱਜ ਮਾਰਕੋ ਰੂਬੀਓ ਨੇ ਜਿਹੜਾ ਇਹ ਬਿਆਨ ਦਿੱਤਾ ਵੀ ਕਹਿੰਦੇ ਵੀ ਜਿਹੜਾ ਬਾਈਡਨ ਹੁਣਾਂ ਨੇ ਇੰਟਲ ਸ਼ੇਅਰ ਕੀਤੀ ਸੀ ਪੁਤਿਨ ਦੇ ਪਲਾਨ ਦੇ ਵੀ ਉਹ ਫਾਲਸ ਫਲੈਗ ਆਪਰੇਸ਼ਨ ਕਰਕੇ ਇਨਵੇਸ਼ਨ ਤੋਂ ਪਹਿਲਾਂ ਆ ਉਹ ਕਰ ਸਕਦਾ ਕਹਿੰਦੇ ਵੀ ਉਹ ਇੱਕ ਸਹੀ ਉਹਨਾਂ ਦਾ ਫੈਸਲਾ ਸੀਗਾ ਉਧਰ ਬਾਈਪਾਰਟਿਜ਼ਨ ਮੈਂਬਰਸ ਜਿਹੜੇ ਕਾਂਗਰਸ ਦੇ ਆ ਉਹ ਕਹਿ ਰਹੇ ਆ ਵੀ ਯੂਕਰੇਨ ਨੂੰ ਹਿਮੈਨਿਟੇਰੀਅਨ ਅਸਿਸਟੈਂਸ ਜਿਹੜੀ ਉਹ ਕੱਲੀ ਜਾਵੇ ਆਲਰੇਡੀ ਅੱਜ ਖਬਰ ਸੀ ਵੀ 4 ਮਿਲੀਅਨ ਤੋਂ ਵੱਧ ਲਾਗਤ ਦੇ ਜਿਹੜੀ ਕ੍ਰਿਪਟੋ ਕਰੰਸੀਜ਼ ਆ ਯੂਕਰੇਨ ਦੇ ਵਿੱਚ ਕਈ ਲੋਕਾਂ ਦੇ ਦੁਆਰਾ ਜਿਹੜੀ ਉਹ ਕੱਲੀ ਗਈ ਆ ਉਹਨਾਂ ਦੀ ਮਦਦ ਦੇ ਲਈ ਤੇ ਵਾਈਟ ਹਾਊਸ ਇਸ ਟਾਈਮ ਕਾਂਗਰਸ ਦੇ ਕੋਲੋਂ 6 ਬਿਲੀਅਨ ਡਾਲਰ ਦੀ ਹਿਮੈਨਿਟੇਰੀਅਨ ਅਸਿਸਟੈਂਸ ਯੂਕਰੇਨ ਦੇ ਲਈ ਕੱਲਣ ਦੇ ਲਈ ਜਿਹੜੀ ਗੁਜ਼ਾਰਸ਼ ਜਿਹੜੀ ਉਹ ਕਰ ਸਕਦਾ ਹੈ ਬਾਇਦਨ ਹੁਣਾਂ ਦੇ ਅਧਿਕਾਰੀ ਸਮੈਂਥਾ ਪਾਵਰ ਉਹ ਪੋਲੈਂਡ ਤੇ ਬੈਲਜੀਅਮ ਨੂੰ ਜਿਹੜੇ ਆ ਉਹ ਜਾ ਰਹੇ ਨੇ ਜਿੱਥੇ ਫਰਵਰੀ 26 ਤੋਂ ਫਰਵਰੀ 28 ਦੇ ਵਿੱਚ ਜਿੱਥੇ ਯੂਐਸ ਸਰਕਾਰ ਦੀ ਕੋਆਰਡੀਨੇਟਿਵ ਰਿਸਪਾਂਸ ਆਪਣੇ ਐਲਾਈਜ਼ ਦੇ ਨਾਲ 파ਟਨਰਸ ਦੇ ਨਾਲ ਮਿਲ ਕੇ ਕੀ ਹੈਗੀ ਆ ਉਸ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਨਗੇ ਯੂਕੇ ਤੇ ਈਯੂ ਨੇ ਡਾਇਰੈਕਟਲੀ ਰੂਸੀ ਰਾਸ਼ਪਤੀ ਪੁਤਿਨ ਤੇ ਰੂਸੀ ਫੋਰਨ ਮਿਨਿਸਟਰ ਲਾਵਰੋਵ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਉਣ ਦਾ ਫੈਸਲਾ ਲਿਆ ਹੈਗਾ ਆ ਕੱਲ ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਸੀਗਾ ਵੀ ਕੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਨਹੀਂ ਹਟਦਾ ਤੇ ਅਸੀਂ ਡਾਇਰੈਕਟਲੀ ਪੁਤਿਨ ਦੇ ਉੱਤੇ ਵੀ ਲਾ ਸਕਦੇ ਹਾਂ ਸੈਂਕਸ਼ਨਸ ਤੇ ਹੁਣ ਅੱਜ ਵਾਈਟ ਹਾਊਸ ਦੇ ਵਿੱਚੋਂ ਇਹ ਖਬਰ ਆ ਰਹੀ ਆ ਵੀ ਯੂਐਸ ਪੁਤਿਨ ਤੇ ਲੈਵਰੋਵ ਦੋਨਾਂ ਦੇ ਉੱਤੇ ਜਿਹੜਾ ਫੋਰਮ ਮਿਨਿਸਟਰ ਤੇ ਜਿਹੜਾ ਰਾਸ਼ਟਰਪਤੀ ਆ ਰੂਸ ਦਾ ਉਹਨਾਂ ਨੂੰ ਵੀ ਸਿੱਧਾ ਸੈਂਕਸ਼ਨ ਜਿਹੜਾ ਉਹ ਕਰ ਸਕਦਾ ਹੈਗਾ ਆ ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈ ਕਿ ਸੈਂਕਸ਼ਨਸ ਦੇ ਨਾਲ ਪੋਟਿਨ ਦਬ ਜਾਊਗਾ ਮੰਨ ਜਾਊਗਾ ਇਹ ਦੇਖਣ ਵਾਲੀ ਗੱਲ ਆ ਯੂਕਰੇਨ ਨੂੰ ਮੋਰੇ ਤਾਂ ਵਿਚਾਰੇ ਨੂੰ ਕਿਤਾ ਪਰ ਕਹਿ ਲੋ ਵੀ ਮੁਲਕ ਦੇ ਲਈ ਹਾਲਾਤ ਜਿਹੜੇ ਆ ਉਹ ਦਿਨ ਬਦਨ ਜਿਹੜੇ ਮਾੜੇ ਹੋ ਰਹੇ ਆ ਪਰ ਸਾਰੇ ਜਜ਼ਬੇ ਦੇ ਨਾਲ ਯੂਕਰੇਨੀਅਨ ਜਿੰਨੇ ਵੀ ਆ ਜਿੱਥੇ-ਜਿੱਥੇ ਵੀ ਰਹਿੰਦੇ ਆ ਉਹ ਜਜ਼ਬੇ ਦੇ ਨਾਲ ਰੂਸ ਦਾ ਜਿਹੜਾ ਆ ਉਹ ਵਿਰੋਧ ਕਰ ਰਹੇ ਆ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੋਕ ਜਿਹੜੇ ਆ ਉੱਥੇ ਮਰੇ ਨੇ ਚਾਹੇ ਉਹਨਾਂ ਦੇ ਸਰਵਿਸ ਮੈਂਬਰਸ ਆ ਚਾਹੇ ਆਮ ਲੋਕ ਨੇ ਤੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਫਟੜ ਵੀ ਉਹ ਹੋਏ ਨੇ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਕਈ ਸ਼ਹਿਰ ਤੋਂ ਕਾਰਾਂ ਦੇ ਵਿੱਚ ਬਾਹਰ ਭੱਜ ਰਹੇ ਜਿਹਦੇ ਕਰਕੇ ਟ੍ਰੈਫਿਕ ਕਹਿੰਦੇ ਪੂਰੀ ਤਰ੍ਹਾਂ ਉੱਥੇ ਜਾਮ ਹੋ ਚੁੱਕਾ ਹੈਗਾ ਆ ਐਂਟੀ ਵਾਰ ਪ੍ਰੋਟੈਸਟਰਸ 20 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰ ਆਏ ਆ ਰਸ਼ੀਆ ਦੇ ਵਿੱਚ ਰਸ਼ੀਅਨ ਗਵਰਨਮੈਂਟ ਨੇ 1702 ਅਰੈਸਟ ਕੀਤੇ ਆ 53 ਰਸ਼ੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੋ ਇਹ ਜਿਹੜੀ ਸਿਚੁਏਸ਼ਨ ਯੂਕਰੇਨ ਦੇ ਤੇ ਰਸ਼ੀਆ ਦੇ ਵਿੱਚ ਜੋ ਜੰਗ ਚੱਲ ਰਹੀ ਆ ਇੱਕ ਤਰ੍ਹਾਂ ਨਾਲ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਦਿੱਤੀ ਹੈਗੀ ਆ ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਦੀ ਕੋਈ ਸ਼ੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਚਾਹੀਏ ਆਪਣੇ ਗਵਾਂਢੀ ਮੁਲਕ ਤੋਂ ਇੱਕ ਖਬਰ ਜਿਹੜੀ ਆ ਉਹ ਆ ਰਹੀ ਆ ਕੈਨੇਡਾ ਤੋਂ ਇੱਕ ਵਾਰ ਫੇਰ ਜਿਹੜਾ ਡਰੱਗ ਦਾ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਆਇਆ ਤੇ ਅਫਸੋਸ ਦੇ ਨਾਲ ਇਹ ਫੇਰ ਕਹਿਣਾ ਪੈ ਰਿਹਾ ਵੀ ਇੱਕ ਦੀ ਫੇਰ ਇਸ ਦੇ ਵਿੱਚ ਪੰਜਾਬੀ ਇੱਕ ਸ਼ਾਮਲ ਸੀਗਾ ਕੈਨੇਡੀਅਨ ਟਰੱਕ ਡਰਾਈਵਰ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਈ ਨਿਊਜ਼ ਰਿਪੋਰਟਸ ਦੇ ਮੁਤਾਬਕ ਨਰਵੀਰ ਸੂਰੀ 38 ਸਾਲ ਜਿਸ ਦੀ ਉਮਰ ਹੈਗੀ ਉਸਤੇ ਟਰੱਕ ਟ੍ਰੇਲਰ ਚੋਂ 290 ਪਾਉਂਡ ਜਿਹੜੀ ਸ਼ੱਕੀ ਜਿਹੜੀ ਕੋਕੇਨਾ ਉਹ ਬਰਾਮਦ ਹੋਈ ਆ ਜਿਹੜਾ ਸੂਰੀ ਆ ਇਹ ਕੈਨੇਡਾ ਦੇ ਐਡਮਿੰਟਨ ਦੇ ਨਾਲ ਸੰਬੰਧਿਤ ਹੈਗਾ ਆ ਤੇ ਕੋਕਨ ਦੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਲ ਲਾਗਤ ਇਸ ਦੀ ਕੀਮਤ ਮੁੱਲ 5 ਮਿਲੀਅਨ ਡਾਲਰ ਜਿਹੜੀ ਉਹ ਦੱਸੀ ਜਾ ਰਹੀ ਆ ਨਾਰਥ ਡਕੋਟਾ ਦੇ ਕੈਰਿੰਗਟਨ ਇਲਾਕੇ ਦੇ ਵਿੱਚ ਪੁਲਸ ਨੇ ਤੇ ਹਾਈਵੇ ਪੈਟਰੋਲ ਜਿਹੜੀ ਉੱਥੋਂ ਦੇ ਕਾਉਂਟੀ ਟਾਸਕ ਫੋਰਸ ਤੇ ਫੈਡਰਲ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਇਸ ਆਪਰੇਸ਼ਨ ਦੇ ਵਿੱਚ ਇਸ ਨੂੰ ਜਿਹੜਾ ਉਹ ਫੜਿਆ ਸੀਗਾ ਤਸਵੀਰਾਂ ਜਿਹੜੀਆਂ ਆ ਉਹ ਇਸ ਟਾਈਮ ਉਹ ਸਾਹਮਣੇ ਹੈਗੀਆਂ ਨੇ ਵੀ ਇਹ ਇਹ ਜਿਹੜੀ 290 ਪਾਉਂਡ ਜਿਹੜੀ ਕੋਕੇਨਾ ਉਹ ਉਥੇ ਲੈ ਕੇ ਜਾ ਰਿਆ ਸੀਗਾ ਸੋ ਬਹੁਤ ਹੀ ਮਾੜੀ ਖਬਰ ਆਪਾਂ ਦੇਖਦੇ ਹਾਂ ਵੀ ਹਰ ਮਹੀਨੇ ਕੋਈ ਨਾ ਕੋਈ ਆਪਣਾ ਪੰਜਾਬੀ ਟਰੱਕਰ ਜਿਹੜਾ ਇਦਾਂ ਦੇ ਚੱਕਰਸ ਫਸੇ ਆ ਫੜਿਆ ਜਾਂਦਾ ਹੈ ਸੋ ਸ਼ਕਲੋਂ ਵੀ ਇਹਨ ਸਿੱਖ ਲੱਗਦਾ ਆ ਸੋ ਪੂਰੀ ਕੌਮ ਦੀ ਜਿਹੜੀ ਬਦਨਾਮੀ ਹੁੰਦੀ ਆ ਪਤਾ ਨਹੀਂ ਹੁਣ ਲੋਕਾਂ ਨੇ ਰੋਟੀ ਖਾਣੀ ਆ ਜਾਂ ਪੈਸੇ ਚੱਬਣੇ ਆ ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਪਰ ਜਦੋਂ ਤੁਸੀਂ ਇੱਕ ਦਸਤਾਰ ਸਜਾ ਕੇ ਮੈਸੇ ਤਾਂ ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ ਤੇ ਜਦੋਂ ਦਸਤਾਰ ਸਜਾ ਕੇ ਇਦਾਂ ਦਾ ਕੰਮ ਕਰਦੇ ਆ ਤਾਂ ਤੁਸੀਂ ਪੂਰੀ ਕੌਮ ਨੂੰ ਜਿਹੜਾ ਬਦਨਾਮ ਕਰਦੇ ਹੈਗੇ ਆ ਜੀ ਸੋ ਬਿਲਕੁਲ ਸੋ ਜਿਹੜੇ ਇਦਾਂ ਦੇ ਲੋਕ ਹੈਗੇ ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰਨਾ ਚਾਹੀਦਾ ਹੈਗਾ ਜੀ ਸੋ ਕਈ ਜਿਹੜੀ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ ਯਾਰ ਤੁਸੀਂ ਕਾਤੇ ਜਿਹੜਾ ਦੱਸਦੇ ਆ ਜਾਂ ਉਹ ਇਹ ਤੁਹਾਨੂੰ ਨਹੀਂ ਦੱਸਣਾ ਚਾਹੀਦਾ ਨਹੀਂ ਐਦਾਂ ਨਹੀਂ ਆਈ ਥਿੰਕ ਉਹ ਉਸ ਦੇ ਵਿੱਚ ਆ ਮਾੜੀ ਗੱਲ ਹੋਊਗੀ ਘਟੇ ਨੂੰ ਆਪਾਂ ਕਹਿ ਲੋ ਵੀ ਕਾਰਪਟ ਦੇ ਪਿੱਛੇ ਲਕਾਈ ਜਾਵਾਂਗੇ ਪਰਦੇ ਪਿੱਛੇ ਕਰੀ ਜਾਵਾਂਗੇ ਗੰਦਗੀ ਸਾਫ਼ ਨਹੀਂ ਹੁੰਦੀ ਉਹ ਉੱਥੇ ਰਹਿੰਦੀ ਹੈ ਕਿਸੇ ਨਾ ਕਿਸੇ ਦਿਨ ਕੋਈ ਹਵਾ ਦਾ ਬੁੱਲਾ ਆਊਗਾ ਤੇ ਘੱਟਾ ਜਿਹੜਾ ਉਹ ਖਿਲਰ ਜਾਂਦਾ ਆ ਸੋ ਐਦਾਂ ਨਹੀਂ ਕਰਨਾ ਚਾਹੀਦਾ ਇਹ ਦੱਸਣਾ ਪੈਂਦਾ ਆ ਦੱਸਣਾ ਚਾਹੀਦਾ ਆ ਤਾਂ ਹੀ ਹਰਜੋਤ ਸਿੰਘ ਜੀ ਸ਼ਾਇਦ ਲੋਕਾਂ ਨੂੰ ਜਿਹੜਾ ਉਹ ਕੁਝ ਪਤਾ ਲੱਗੇ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਆ ਵੀ ਇਹ ਇਦਾਂ ਦੇ ਇਦਾਂ ਹੀ ਜਿਹੜੇ ਆ ਉਹ ਚੱਲੀ ਜਾ ਰਹੇ ਆ ਕੋਈ ਲੋਕਾਂ ਨੂੰ ਰੋਕ ਟੋਕ ਨਹੀਂ ਕੋਈ ਇਸ ਹਿਸਾਬ ਦੇ ਨਾਲ ਫੜੇ ਜਾ ਰਹੇ ਆ ਪਤਾ ਨਹੀਂ ਕੁਇਕ ਰਿਚ ਸਕੀਮ ਦੇ ਵਿੱਚ ਕੀ ਕਿੱਥੇ ਡਾਲਰ ਜਿਹੜੇ ਇਹਨਾਂ ਨੇ ਲੈ ਜਾਣੇ ਆ ਕੀ ਇਹਨਾਂ ਨੇ ਖਾਣਾ ਪੀਣਾ ਵੀ ਹੁਣ ਡਾਲਰਾਂ ਹੀ ਆ ਕਿਤੇ ਉਹਦੇ ਹੱਥ ਸੇਕਣੇ ਉਹਦੇ ਨਾਲ ਹੀ ਕਿਹੜੀ ਅੱਗ ਲਾਉਣੀ ਉਹਨਾਂ ਨੂੰ ਸਮਝ ਜੀ ਜਿਹੜੀ ਉਹ ਨਹੀਂ ਆਉਂਦੀ। ਸੋ ਮੁੜ ਕੇ ਜਦੋਂ ਅਸੀਂ ਕਵਰ ਕਰਦੇ ਆ ਤੇ ਫੇਰ ਸਾਨੂੰ ਕੋਲਾਂ ਕਰਦੇ ਆ ਕੋਈ ਕਿਸੇ ਦਾ ਰਿਸ਼ਤੇਦਾਰ ਭਈ ਜੀ ਇਹ ਤੁਸੀਂ ਕਵਰ ਕਾਤੇ ਕੀਤੀ ਆ ਇਹਨੂੰ ਰਿਮੂਵ ਕਰ ਦਿਓ। ਪੰਜਾਬੀ ਰੇਡੀਓ ਯੂਐਸਏ ਆਪਾਂ ਕਦੇ ਵੀ ਆਪਣੇ ਕੋਲੋਂ ਖਬਰ ਨਹੀਂ ਬਣਾਦੇ। ਮੋਸਟਲੀ ਜਿਹੜੀ ਮੀਡੀਆ ਦੇ ਵਿੱਚ ਕਵਰ ਆਈ ਹੁੰਦੀ ਆ ਉਹਨੂੰ ਹੀ ਅਸੀਂ ਸ਼ੇਅਰ ਕਰਦੇ ਹੈਗੇ ਆ ਤੁਹਾਡੇ ਨਾਲ। ਸੋ ਇਹ ਸਾਡਾ ਫਰਜ਼ ਵੀ ਬਣਦਾ ਹੈਗਾ ਆ। ਸੋ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਕਹੋ ਭਈ ਇਦਾਂ ਦਾ ਕੰਮ ਨਾ ਕਰੋ। ਸਾਨੂੰ ਪ੍ਰੋਬਲਮ ਇਸ ਕਰਕੇ ਕਿ ਸਾਡੀ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈਗੀ ਆ। ਹੂੰ ਜੀ। ਜੀ ਅਗਲੀ ਜਿਹੜੀ ਹਰਦੋਤ ਸਿੰਘ ਜੀ ਗੱਲ ਕਰਦੇ ਜਾਈਏ ਸੈਨ ਫਰਾਂਸਿਸਕੋ ਦੇ ਵਿੱਚ ਕਿੰਨੇ ਵੀ ਪੀਜੀਐਨ ਨਹੀਂ ਵਾਲੇ ਹੁਣ ਆਪਣੀਆਂ ਜਿਹੜੀਆਂ ਐਮਰਜੈਂਸੀ ਚੀਜ਼ਾਂ ਨੇ ਉਹਨਾਂ ਨੂੰ ਬੈਰੀ ਕਰਨਾ ਸ਼ੁਰੂ ਕਰ ਰਿਹਾ ਜ਼ਮੀਨ ਦੇ ਵਿੱਚ ਦੱਬਣਾ ਸ਼ੁਰੂ ਕਰ ਰਿਹਾ ਪਿਛਲੇ ਕਈ ਸਾਲਾਂ ਦੇ ਵਿੱਚ ਪੀਜੀਐਨ ਦੇ ਕਰਕੇ ਉਹਨਾਂ ਦੀਆਂ ਮਾੜੇ ਉਪਕਰਨਾਂ ਦੇ ਕਰਕੇ ਅੱਗਾਂ ਲੱਗੀਆਂ ਆ ਬਹੁਤ ਸਾਰੀਆਂ ਜਾਣਾ ਗਈਆਂ ਤੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦਾ ਜਿਹੜਾ ਉਸ ਦੇ ਨਾਲ ਦੇ ਨਾਲ ਨੁਕਸਾਨ ਵੀ ਹੋਇਆ ਹੁਣ ਕਹਿੰਦੇ ਆ ਵੀ ਜਿਹੜੇ ਐਮਰਜੈਂਸੀ ਸ਼ਟ ਆਫ ਸਿਸਟਮਸ ਆ ਉਹਨਾਂ ਨੂੰ ਅন্ডਰ ਗਰਾਊਂਡੇ ਕਰਨਾ ਚਾਹੁੰਦੇ ਆ ਤੇ ਕਹਿੰਦੇ ਵੀ ਅਸੀਂ ਰੇਟ ਹਾਈਕ ਕਰਕੇ ਇਸ ਦੇ ਪੈਸੇ ਜਿਹੜੇ ਉਹ ਵਸੂਲਣਾ ਚਾਹੁੰਦੇ ਆ ਹੁਣ ਪਹਿਲੋਂ ਨੁਕਸਾਨ ਵੀ ਇਹ ਕਰਨ ਇਹਨਾਂ ਦੇ ਇਨਫਰਾਸਟ੍ਰਕਚਰ ਦੇ ਕਰਕੇ ਕੀ ਹੁਣ ਕਹਿੰਦੇ ਆ ਵੀ ਉਹਨੂੰ ਠੀਕ ਕਰਨ ਦੇ ਲਈ ਲੋਕਾਂ ਨੂੰ ਹੀ ਜਿਹੜਾ ਉਹ ਪੇ ਕਰਨਾ ਪੈ ਸਕਦਾ ਐ ਸੋ ਇਹ ਉਹਨਾਂ ਨੇ ਹੁਣ ਪ੍ਰੋਪੋਜ਼ਲ ਰੱਖਿਆ ਹੈਗਾ ਆ ਰੇਟ ਹਾਈਕਸ ਜਿਹੜਾ ਉਹ ਕਰਕੇ ਇਹਨਾਂ ਨੂੰ ਕਰਨ ਦੇ ਲਈ ਹਰਜੋਤ ਸਿੰਘ ਜੀ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਏਦਾਂ ਜਿਹੜਾ ਉਹ ਲੋਕ ਚੱਲਣਗੇ ਆਈ ਥਿੰਕ ਇਹ ਟੂ ਬਿਗ ਪੀਜੀਐਨ ਜਿਹੜੀ ਇਸ ਟਾਈਮ ਵੱਡੀ ਹੋ ਚੁੱਕੀ ਆ ਇੰਨੇ ਜਿਹੜੇ ਆ ਮਾੜੇ ਇਸ ਦੇ ਕਾਰਜਗਾਰੀ ਦੇ باوجود ਵੀ ਜਿਹੜਾ ਹਰਜੋਤ ਸਿੰਘ ਜੀ ਇਹ ਉਦਾਂ ਦੀ ਉਦਾਂ ਹੀ ਜਿਹੜੀ ਉਹ ਚੱਲੀ ਜਾ ਰਹੀ ਆ ਗੱਲਾਂ ਆਕਸਰ ਸੁਣਦੇ ਆ ਵੀ ਇਸ ਨੂੰ ਤੋੜ ਕੇ ਛੋਟੇ ਛੋਟੇ ਹਿੱਸਿਆਂ 'ਚ ਵੰਡ ਦੇਣਾ ਚਾਹੀਦਾ ਆ ਲੋਕਲ ਲੈਵਲ ਦੇ ਉੱਤੇ ਪਰ ਅਫਸੋਸ ਉਸ ਪਾਸੇ ਵੱਲੋਂ ਕੋਈ ਬਹੁਤਾ ਕਦਮ ਉਹ ਨਹੀਂ ਵਧ ਰਿਹਾ ਹੈਗਾ ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕੈਲੀਫੋਰਨੀਆ ਸਕੂਲ ਬੋਰਡਸ ਰਿਕੁਐਸਟ ਕਰ ਰਹੇ ਆ ਗਵਰਨਰ ਗੈਬੋ ਨਿਊਸਮ ਨੂੰ ਪੀ ਆਪਾਂ ਪੈਨਡੈਮਿਕ ਤੋਂ ਐਗਜ਼ਿਟ ਕਰੀਏ ਉਹਦੀ ਜਿਹੜੀ ਸਟਰੈਟਜੀ ਹੈਗੀ ਆ ਸਕੂਲਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਬੱਚਿਆਂ ਨੂੰ ਮਾਸਕ ਪਾਣਾ ਪੈਂਦਾ ਆ ਸਪੋਰਟਸ ਹੁੰਦੀ ਆ ਕਈ ਵਾਰੀ ਮਾਸਕ ਪਾ ਕੇ ਖੇਡ ਨਹੀਂ ਸਕਦੇ ਹੈਗੇ ਸੋ ਅ ਐਗिटेशन ਵੀ ਚੱਲ ਰਹੀ ਹੈਗੀ ਆ ਸੋ ਗਵਰਨਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ ਤੇ ਖਬਰ ਆ ਰਹੀ ਆ ਸੋਮਵਾਰ ਨੂੰ ਗਵਰਨਰ ਗੈਬਰ ਨਿਊਸਮ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਜਿਹੜੀ ਆ ਅ ਅਨਾਉਂਸਮੈਂਟ ਕਰਨਗੇ ਕੋਵਿਡ ਰਿਸਟ੍ਰਿਕਸ਼ਨਸ ਨੂੰ ਲੈ ਕੇ ਸਕੂਲਾਂ ਦੇ ਵਿੱਚ ਸੋ ਬਹੁਤੇ ਜਿਹੜੇ ਮੈਜੋਰਟੀ ਦੇ ਵਿੱਚ ਸਟੇਟ ਦੇ ਜਿਹੜੇ ਸਕੂਲ ਬੋਰਡ ਆ ਉਹ ਇਹ ਚਾਹਦੇ ਆ ਵੀ ਹੁਣ ਮਾਸਕ ਦੀ ਕੰਡੀਸ਼ਨ ਉਸ ਨੂੰ ਰਿਮੂਵ ਕੀਤਾ ਜਾਵੇ ਫ੍ਰਿਜਨੋ ਕਾਉਂਟੀ ਦੇ ਵਿੱਚ ਕਲੋਬੀਅਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹਦੇ 44000 ਸਟੂਡੈਂਟਸ ਆ ਉਹਨਾਂ ਨੇ ਆਲਰੇਡੀ ਕਹਿਤਾ ਵੀ ਮਾਸਕ ਆਪਸ਼ਨਲ ਆ ਬੱਚਿਆਂ ਲਈ ਤੁਹਾਡੀ ਮਰਜ਼ੀ ਆ ਪਾਣਾ ਪਾਓ ਤੇ ਜੇ ਨਹੀਂ ਪਾਣਾ ਤੇ ਨਾ ਪਾਓ ਜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਹੈਗੀ ਆ ਵਿਵਾਦ ਆਪਾਂ ਜਿਹੜੇ ਆ ਇਸ ਮਾਸਕਸ ਨੂੰ ਲੈ ਕੇ ਦੇਖਦੇ ਹੀ ਰਹੇ ਆ ਨਦਰਨ ਕੈਲੀਫੋਰਨੀਆ ਦੇ ਗ੍ਰਾਸ ਵੈਲੀ ਨਵਾੜਾ ਯੂਨੀਅਨ ਹਾਈ ਸਕੂਲ ਦੇ ਵਿੱਚ ਦੂਜੇ ਦਿਨ ਲਗਾਤਾਰ ਕਹਿੰਦੇ ਆ ਵੀ ਕਲਾਸਾਂ ਹਾਈ ਸਕੂਲ ਦੀਆਂ ਕੈਂਸਲ ਕਰਨੀਆਂ ਪਈਆਂ ਕਿਉਂਕਿ ਉਹਨਾਂ ਦੇ ਟੀਚਰ ਉਹ ਕਲਾਸ ਦੇ ਵਿੱਚ ਹੀ ਨਹੀਂ ਆਏ ਆ ਇਹ ਜਿਹੜੇ ਟੀਚਰਸ ਦਾ ਨਾਂ ਆਉਣਾ ਕਹਿੰਦੇ ਵੀ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਦੇ ਵਜੋਂ ਉਹ ਪੇਸ਼ ਕਰ ਰਹੇ ਆ ਵੀ ਹਾਈ ਸਕੂਲ ਦੀ ਜਿਹੜੀ ਡਿਸਟ੍ਰਿਕਟ ਆ ਉਹਨਾਂ ਨੇ ਜਿਹੜੇ ਕੈਂਪਸ ਦੇ ਮਾਸਕ ਮੰਡੇਟਸ ਆ ਉਹਨਾਂ ਨੂੰ ਰਿਲੈਕਸ ਕਰ ਦਿੱਤਾ ਆ ਸੋ ਬਹੁਤ ਸਾਰੇ ਜਿਹੜੇ ਟੀਚਰਸ ਆ ਖਾਸ ਕਰਕੇ ਜੇ ਆਪਾਂ ਕਈ ਵੀ ਇਹਨਾਂ ਦੇ ਜਿਹੜੇ ਹਾਈ ਸਕੂਲ ਦੇ ਜਿਹੜੇ ਟੀਚਰ ਆ ਉਹ ਇਸ ਚੀਜ਼ ਦੇ ਖਿਲਾਫ ਹੈਗੇ ਆ ਵੀ ਨਹੀਂ ਮਾਸਕ ਮੰਡੇਟ ਕੈਨਸਲ ਨਹੀਂ ਹੋਣੀ ਚਾਹੀਦਾ ਰਿਲੈਕਸ ਨਹੀਂ ਹੋਣੀ ਚਾਹੀਦੇ ਉਹ ਰਹਿਣੇ ਚਾਹੀਦੇ ਆ ਸੋ ਵੀਰਵਾਰ ਵੀ ਤੇ ਸ਼ੁੱਕਰਵਾਰ ਵੀ ਇਹ ਦੋਨੋਂ ਦਿਨ ਜਿਹੜੇ ਉੱਥੇ ਹਾਈ ਸਕੂਲ ਦੇ ਵਿੱਚ ਅਧਿਆਪਕ ਨਹੀਂ ਪਹੁੰਚੇ ਸੋ ਇਸ ਕਰਕੇ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਆ ਉਹਨਾਂ ਨੂੰ ਦੱਸਣਾ ਪਿਆ ਵੀ ਸਕੂਲ ਅੱਜ ਵੀ ਜਿਹੜਾ ਹੋ ਕਲੋਜ਼ ਰਹੇਗਾ ਟੀਚਰ ਐਬਸੈਂਸੀਜ਼ ਦੇ ਕਰਕੇ ਸੋ ਹੁਣ ਕਹਿੰਦੇ ਵੀ ਸਪੋਰਟ ਸਟਾਫ ਵੀ ਇੰਨਾ ਜਿਆਦਾ ਜਿਹੜਾ ਉਹ ਨਹੀਂ ਆ ਸੀਗਾ ਯੂਨੀਅਨ ਨੇ ਜਿਹੜੀ ਉੱਥੋਂ ਦੀ ਹੈਗੀ ਨਵਾੜਾ ਯੂਨੀਅਨ ਹਾਈ ਸਕੂਲ ਦੀ ਜਿਹੜੀ ਆ ਉਹਨਾਂ ਨੇ ਦੱਸਿਆ ਵੀ 40 ਟੀਚਰ ਜਿਹੜੇ ਆ ਉਹ ਸਕੂਲ ਦੇ ਵਿੱਚ ਕੰਮ ਕਰਨ ਦੇ ਲਈ ਨਹੀਂ ਆਏ ਸੀ ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਨੂੰ ਸੋਕੇ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਆ 1.2 ਬਿਲੀਅਨ ਡਾਲਰ ਦਾ ਤੇ 8700 ਦੇ ਕਰੀਬ ਜਿਹੜੀਆਂ ਜੋਬਸ ਆ ਖੇਤੀ ਦੇ ਨਾਲ ਉਹ ਲੂਜ਼ ਹੋ ਜਾਣਗੀਆਂ ਇੱਕ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ ਹੈਗਾ ਆ ਕੈਲੀਫੋਰਨੀਆ ਐਗਰੀਕਲਚਰ ਇੰਡਸਟਰੀ ਲਾਰਜੈਸਟ ਆ ਪੂਰੇ ਮੁਲਕ ਦੇ ਵਿੱਚ ਪਜਾ ਬਿਲੀਅਨ ਡਾਲਰ ਦਾ ਐਨੂਅਲ ਰੈਵਨਿਊ ਹੈਗਾ ਤੇ 4 ਲੱਖ ਲੋਕਾਂ ਨੂੰ EMPLOYE ਕਰਦੇ ਹੈਗੇ ਆ ਪਿਛਲੇ ਸਾਲ ਵੀ ਡਰਾਉਟ ਸੀ ਉਹ ਤੋਂ ਪਹਿਲਾਂ 2 ਸਾਲ ਵੀ ਸੀ ਹੁਣ ਤੀਜਾ ਸਾਲ ਹੈਗਾ ਆ ਲਾਰਜੈਸਟ 3 ਇਅਰ ਸਟਡੀ ਉਹਨਾਂ ਨੇ ਕੀਤੀ ਹੈਗੀ ਆ ਇਹ ਤੋਂ ਇਹ ਸਾਰਾ ਕੁਝ ਪਤਾ ਚੱਲਿਆ ਹੈਗਾ ਫਾਰਮ ਵਰਕਰਸ ਆਪਾਂ ਨੂੰ ਪਤਾ ਹੀ ਆ ਵੀ ਸਭ ਤੋਂ ਜ਼ਿਆਦਾ ਲੋਇਸਟ ਇਨਕਮ ਗਰੁੱਪ ਹੈਗਾ ਪੂਰੀ ਸਟੇਟ ਦੇ ਵਿੱਚ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਇਹ ਓਜ਼ੋ ਮੈਡਲਿਨ ਅਜ਼ੂਰਾ ਇੱਕ ਵਾਟਰ ਰਿਸੋਰਸਸ ਬੋਰਡ ਦੇ ਇਕਨੋਮਿਸਟ ਹੈਗੇ ਆ ਤੇ ਅਸੋਸੀਏਟ ਪ੍ਰੋਫੈਸਰ ਵੀ ਹੈਗੇ ਸਿਵਲ ਤੇ এনवायरमेंटਲ ਇੰਜੀਨੀਅਰਿੰਗ ਦੇ ਯੂਸੀ ਮਰਸਡ ਵਿਖੇ ਤੇ ਉਹ ਕਹਿੰਦੇ ਵੀ ਜਦੋਂ ਕਲਾਈਮੇਟ ਚੇਂਜ ਹੁੰਦਾ ਆ ਤੇ ਇਹ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਫਾਰਮਿੰਗ ਵਾਲੀਆਂ ਇਹ ਸਭ ਤੋਂ ਜ਼ਿਆਦਾ ਹਿੱਟ ਹੁੰਦੀਆਂ ਹੈਗੀਆਂ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ 27 ਸਾਲਾਂ ਦਾ ਇੱਕ ਬੰਦਾ ਉਸ ਨੂੰ ਹੁਣ ਮਰਡਰ ਚਾਰजेस ਦੇ ਉੱਤੇ ਲਗਾਏ ਗਏ ਨੇ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਫਰੀਵੇ ਦੇ ਉੱਤੇ ਪਿਛਲੇ ਸਾਲ ਇਸ ਨੇ ਜਿਹੜੀ ਸ਼ੂਟਿੰਗ ਕੀਤੀ ਸੀਗੀ ਫਰੀਵੇ ਦੇ ਉੱਤੇ ਲੈਰੀ ਕੋਨੀ 27 ਸਾਲ ਇਸ ਦੇ ਉੱਤੇ ਮਰਡਰ ਅਟੈਂਟਡ ਮਰਡਰ ਸ਼ੂਟਿੰਗ ਐਟ ਐਨ ਓਕੂਪਾਈਡ ਵਹੀਕਲ ਦੇ ਜਿਹੜੇ ਚਾਰजेस ਆ ਲਾਏ ਗਏ ਆ 580 ਇੰਟਰਸਟੇਟ ਦੇ ਉੱਤੇ 27 ਅਕਤੂਬਰ ਨੂੰ ਪਿਛਲੇ ਸਾਲ ਇੱਕ ਘਟਨਾ ਜਿਹੜੀ ਉਹ ਵਾਪਰੀ ਸੀਗੀ ਸੋ ਕਹਿੰਦੇ ਆ ਵੀ ਇਸ ਦੇ ਵਿੱਚ ਰਾਮੋਨ ਪ੍ਰਾਈਸ ਜੂਨੀਅਰ ਜਿਹੜਾ ਆ ਓਕਲੈਂਡ ਦਾ ਸੀਗਾ ਉਸ ਦੀ ਜਿਹੜੇ ਉਹ ਵਿਕਟਮ ਸੀਗਾ ਉਹ ਪੀੜਤ ਸੀਗਾ ਸੋ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਹੁਣ ਇਹ ਪਤਾ ਲੱਗਾ ਹੈ ਵੀ ਇਸ ਨੂੰ ਹੁਣ ਮਰਡਰ ਚਾਰजेस ਦੇ ਵਿੱਚ ਰੱਖਿਆ ਜਾਵੇਗਾ ਜੀ ਅਗਲੀ ਖਬਰ ਆਪਣੀ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ ਹੈ ਕਹਿੰਦੇ ਅੱਜ ਦੇ ਦਿਨ ਯਾਨੀ ਕਿ ਫਰਵਰੀ 25 1854 ਨੂੰ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਬਣੀ ਸੀ ਸੋ ਇਹ ਪਹਿਲੀ ਵਾਰੀ ਨਹੀਂ ਕਿ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਬਣੀ ਹੈ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੀ ਰਾਜਧਾਨੀ ਸੈਨੋਜ਼ੇ ਵੀ ਰਹੀ ਹੈਗੀ ਆ 스ਪੈਨਿਸ਼ ਮੈਕਸੀਕਨ ਟੈਰੀਟਰੀ ਸੀਗੀ ਤੇ 1774 ਤੋਂ ਲੈ ਕੇ 1849 ਤੱਕ ਜਿਹੜੀ ਸੀਗੀ ਇਹ ਸਪੈਨਿਸ਼ ਟੈਰੀਟਰੀ ਰਹੀ ਹੈਗੀ ਮੈਕਸੀਕਨ ਤੇ ਉਸ ਤੋਂ ਬਾਅਦ 1849 ਦੇ ਵਿੱਚ ਪਹਿਲੀ ਜਿਹੜੀ ਕੈਪੀਟਲ ਸੈਕਰਮੈਂਟ ਸੌਰੀ ਕੈਲੀਫੋਰਨੀਆ ਦੀ ਬਣੀ ਸੀ ਉਹ ਸੈਨੋਜ਼ੇ ਬਣੀ ਸੀ ਤੇ 1851 ਦੇ ਵਿੱਚ ਰਹੀ ਤੇ ਉਸ ਤੋਂ ਬਾਅਦ ਜਿਹੜੀ ਆ 1852 ਦੇ ਵਿੱਚ ਬਲੇਹੋ ਵੀ ਰਾਜਧਾਨੀ ਰਹੀ ਆ ਲਗਭਗ ਕਹਿੰਦੇ 12 ਦਿਨਾਂ ਦੇ ਲਈ ਉਸ ਤੋਂ ਬਾਅਦ ਫਿਰ 1853 ਦੇ ਵਿੱਚ ਇਹ ਮੂਵ ਹੋ ਗਈ ਆ ਸੈਕਰਾਮੈਂਟੋ ਦੀ ਜੀ ਹਰਜੋਤ ਸਿੰਘ ਜੀ ਕੁੱਲ 6 ਜਿਹੜੇ ਸ਼ਹਿਰ ਆ ਉਹ ਹੁਣ ਤੱਕ ਕੈਲੀਫੋਰਨੀਆ ਦੀ ਜਿਹੜੀ ਆ ਰਾਜਧਾਨੀਆਂ ਜਿਹੜੀਆਂ ਉਹ ਰਹਿ ਚੁੱਕੀਆਂ ਨੇ ਜੇ ਆਪਾਂ ਵੇਖਦੇ ਜਾਈਏ ਤਾਂ ਮੋਨਰੇਵੀ 1774 ਤੋਂ 1849 ਤੱਕ ਸੈਨੋਜ਼ੇ 1849 ਤੋਂ 1851 ਤੱਕ ਵਲੇਹੋ 1852 ਤੋਂ 1853 ਬਨੀਸ਼ਾ ਜਿੱਥੇ ਬ੍ਰਿਜ ਆਉਂਦਾ ਹੈ ਨਾ ਆ ਤੇ ਉਹ ਜਿੱਥੇ ਟੋਲ ਵੀ ਲੱਗਦਾ ਆ ਉਥੇ 1853 ਤੋਂ 1854 ਤੱਕ ਸੈਕਰਾਮੈਂਟੋ ਇੱਕ ਟਾਈਮ 1852 ਤੋਂ 1869 ਤੱਕ ਰਹੀ ਤੇ ਫਿਰ ਕੁਝ ਸਮੇਂ ਦੇ ਲਈ ਸੈਨ ਫਰਾਂਸਿਸਕੋ 1862 ਦੇ ਵਿੱਚ ਵੀ ਜਿਹੜੀ ਉਹ ਰਹੀ ਸੀ ਤੇ ਹੁਣ 1869 ਤੋਂ ਬਾਅਦ ਦੇ ਵਿੱਚ ਸੈਕਰਾਮੈਂਟੋ ਇਸ ਸਟੇਟ ਕੈਪੀਟਲ ਜਿਹੜੀ ਆ ਉਹ ਚੱਲਦੀ ਆ ਰਹੀ ਹੈਗੀ ਆ ਸੋ ਚੰਗੀ ਖਾਸੀ ਪੁਰਾਣੀ ਜਿਹੜੀ ਸਟੇਟ ਕੈਪੀਟਲ ਹੈਗੀ ਆ ਕੈਲੀਫੋਰਨੀਆ ਦੀ ਜੀ ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀਜ਼ ਲਾਈਆਂ ਗਈਆਂ ਸੀਆਂ ਕੈਲੀਫੋਰਨੀਆ ਦੇ ਗਵਰਨਰ ਗੈਬਰਨ ਨਿਊਸਮ ਤੇ ਇਵਨ ਇਹਨਾਂ ਤੋਂ ਪਹਿਲਾਂ ਦੇ ਜਿਹੜੇ ਗਵਰਨਰ ਸੀ ਸੋ ਬਹੁਤੀਆਂ ਐਮਰਜੈਂਸੀਜ਼ ਉਹ ਅੱਜ ਰਿਮੂਵ ਕਰ ਦਿੱਤੀਆਂ ਗਈਆਂ ਸਿਰਫ ਕੋਵਿਡ ਵਾਲੀ ਜਿਹੜੀ ਐਮਰਜੈਂਸੀ ਉਹ ਰੱਖੀ ਗਈ ਹੈ ਜਿਹੜੀਆਂ ਐਮਰਜੈਂਸੀਜ਼ ਰਿਮੂਵ ਕੀਤੀਆਂ ਗਈਆਂ ਉਹਨਾਂ ਚ ਹੀਟ ਵੇਵਜ਼ ਔਇਲ ਸਪਿਲ ਵਾਈਲਡ ਫਾਇਰ ਸਿਵਲ ਅਨਰੈਸਟ ਜਿਹੜਾ ਜੋਰਜ ਫਲਾਈਡ ਦੇ ਮਾਰਡਨ ਨੂੰ ਲੈ ਕੇ ਹੋਇਆ ਸੀਗਾ ਸੋ ਇਦਾਂ ਦੀਆਂ 12 ਸਟੇਟ ਆਫ ਐਮਰਜੈਂਸੀ ਡੈਕਲੇਰੇਸ਼ਨ ਸੀਗੀਆਂ ਉਹਨਾਂ ਸਾਰਿਆਂ ਨੂੰ ਰਿਮੂਵ ਕਰ ਦਿੱਤਾ ਗਿਆ ਤੇ ਕੋਵਿਡ ਦੇ ਉੱਤੇ ਹਜੇ ਤੱਕ ਡਿਸੀਜਨ ਨਹੀਂ ਲਿਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੂਸਰੀ ਖਬਰ ਚ ਦੱਸਿਆ ਸੀ ਵੀ ਉਹ ਸੋਮਵਾਰ ਨੂੰ ਇਹਦੇ ਬਾਰੇ ਦੱਸਾਂਗੇ ਹੂੰ ਜੀ ਸੋ ਕਹਿੰਦੇ ਵੀ ਕੁਝ ਐਗਜ਼ੈਕਟਿਵ ਐਕਸ਼ਨ ਜਿਹੜੇ ਇਹਨਾਂ ਨੇ ਲਏ ਸੀ ਉਹ ਜੇ ਵੀ ਇਨ ਪਲੇਸ ਆ ਕੋਵਿਡ 19 ਦੀ ਟੈਸਟਿੰਗ ਵੈਕਸੀਨੇਸ਼ਨਸ ਤੇ ਬੂਸਟਰਸ ਨੂੰ ਲੈ ਕੇ ਪ੍ਰੋਟੈਕਟਿੰਗ ਹਸਪੀਟਲ ਕੈਪੈਸਿਟੀ ਐਂਡ ਵਨਰੇਬਲ ਪੋਪੂਲੇਸ਼ਨ ਤੇ ਵਰਕਪਲੇਸ ਸੇਫਟੀ ਸਟੈਂਡਰਡਸ ਸੋ ਕੁੱਲ ਮਿਲਾ ਕੇ 30 ਐਗਜ਼ੈਕਟਿਵ ਐਕਸ਼ਨਸ ਅਜੇ ਵੀ ਇਨ ਪਲੇਸ ਹੈਗੇ ਨੇ ਇਹਨਾਂ ਚਾਰ ਕੈਟੇਗਰੀਜ਼ ਨੂੰ ਵਿੱਚ ਦੇਖਦੇ ਹੋਏ ਤੇ 12 ਜਿਹੜੀਆਂ ਐਮਰਜੈਂਸੀਜ਼ ਆ ਉਹ ਓਪਨ ਸਟੇਟ ਆਫ ਐਮਰਜੈਂਸੀ ਸੀ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਤੇ ਹਰਜੋਤ ਸਿੰਘ ਜੀ ਸਮਾ ਵੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤਾ ਜਾਣ ਤੋਂ ਪਹਿਲਾਂ ਉਹ ਦੱਸ ਦਿੱ ਜਾਈਏ ਇੱਕ ਪਾਸੇ ਯੁੱਧ ਲਗਾਇਆ ਪਰ ਇਨਵੈਸਟਰਸ ਦੇ ਵਿੱਚ ਕਹਿੰਦੇ ਆ ਵੀ ਕੋਈ ਬਹੁਤਾ ਫਰਕ ਉਹਨਾਂ ਨੂੰ ਨਹੀਂ ਲੱਗਾ ਜਦ ਡਿਪ ਹੋਇਆ ਸੀ ਕਹਿੰਦੇ ਵੀ ਕਾਫੀ ਇਨਵੈਸਟਰਸ ਨੇ ਉਸ ਦੇ ਵਿੱਚ ਬਾਏ ਕੀਤਾ ਅੱਜ ਡਾਉ ਜੋਨਸ 800 ਤੇ 35 ਪੁਆਇੰਟ ਵੱਧ ਕੇ 34000 ਤੇ 59 ਦੇ ਉੱਤੇ ਬੰਦ ਹੋਇਆ ਐਸ ਐਨ ਪੀ ਜਿਹੜਾ ਆ ਉਹ ਵੀ ਤਕਰੀਬਨ 2.5% ਵਧਿਆ 96 ਪੁਆਇੰਟ 43185 ਤੇ ਬੰਦ ਹੋਇਆ ਨੈਸਟੈਕ 1.5% ਤੋਂ ਵੱਧ ਵਧਿਆ 221 ਪੁਆਇੰਟ 13600 ਤੇ 95 ਤੇ ਬੰਦ ਹੋਇਆ ਸੋਨੇ ਦਾ ਭਾਅ 1890 ਡਾਲਰ ਪ੍ਰਤੀ ਆਉਂਸ ਰਿਹਾ 10 ਇਅਰ ਯੀਲਡ 1.96% ਤੇ ਕ੍ਰਿਪਟੋ ਕਰੰਸੀਸ ਦੇ ਵਿੱਚ ਬਿਟਕੋਇਨ ਦੀ ਕੀਮਤ 39703 ਤੇ ਰਹੀ ਇੱਕ ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 6 ਪੈਸੇ ਦੇ ਬਰਾਬਰ ਰਹੀ ਆ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 27 ਸੈਂਟ ਦੇ ਬਰਾਬਰ ਰਹੀ ਹੈ ਜੀ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਹੁਣ ਸਮਾਪਤੀ ਆ ਇੱਕ ਵਾਰੀ ਫੇਰ ਦੱਸਦੀ ਜਾਈਏ ਕੱਲ ਨੂੰ ਸ਼ਨੀਵਾਰ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਆਟਾਰਨੀ ਜੇ ਤੁਰਕੀਆਣਾ ਉਹ ਆਂਦੇ ਆ ਤੇ ਜੋ ਕੁਝ ਪਿਛਲੇ ਹਫ਼ਤੇ ਦੇ ਵਿੱਚ ਅਪਡੇਟ ਹੋਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਪਲੱਸ ਜਿਹੜੇ ਸਾਡੇ ਸਰੋਤਿਆਂ ਦੇ ਕੁਐਸਚਨਸ ਹੁੰਦੇ ਆ ਕਿਸੇ ਤਰ੍ਹਾਂ ਦੇ ਉਹਨਾਂ ਦੇ ਆਨਸਰ ਦਿੰਦੇ ਆ ਸੋ ਸਾਰੇ ਜਣੇ ਨੋਟ ਕਰ ਲਿਓ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਉਂਕਿ ਅਮਰੀਕਾ ਦੇ ਵੀ ਬਹੁਤ ਵਕ ਵਕ ਟਾਈਮ ਹੈਗਾ ਡਿਫਰੈਂਟ ਈਸਟਰਨ ਟਾਈਮ ਡਿਫਰੈਂਟ ਆ ਸੈਂਟਰਲ ਡਿਫਰੈਂਟ ਆ ਤੇ ਕੈਨੇਡਾ ਦੇ ਵਿੱਚ ਇੰਡੀਆ ਚ ਬਹੁਤ ਜਗ੍ਹਾ ਕੋ ਪ੍ਰੋਗਰਾਮ ਸੁਣਿਆ ਜਾਂਦਾ ਸੋ ਟਾਈਮ ਇੱਕ ਵਾਰੀ ਫੇਰ ਦੱਸ ਦਈਏ ਸ਼ਨੀਵਾਰ ਨੂੰ ਕੈਲੀਫੋਰਨੀਆ ਦਾ ਜਿਹੜਾ ਸਮਾਂ ਆ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਉਹਨੂੰ ਸੁਣ ਵੀ ਸਕਦੇ ਆ ਤੇ ਹਿੱਸਾ ਵੀ ਲੈ ਸਕਦੇ ਆ ਕਾਲ ਕਰਕੇ ਜੀ ਤੇ ਇੱਥੇ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੂਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਗੀ ਜਹੀ ਸਤਿ ਸ੍ਰੀ ਅਕਾਲ ਜਿੰਨੇ ਵਾਸਤੇ ਰੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਐਸ ਏ